ਆਈਏ ਕਿ ਉਹ ਗੋਡੇ ਉਹਨਾਂ ਦੇ ਤੇ ਮੈਂ ਹੁਣ ਕਿਹਾ ਬਾਈ ਥੋੜਾ ਜਿਹਾ ਆਵਾਜ਼ ਹੋਰ ਕਿਤੇ ਸਾਊਂਡ ਆ ਰਿਹਾ ਸਾਊਂਡ ਆ ਰਿਹਾ ਬਿਸਮਿਲਲਾ ਕਰਾ ਜ਼ਿੰਦਗੀ ਦਾ ਨਾਲ ਉਹਨਾਂ ਨਾਲ ਬੁੱਢੀਆਂ ਦਾ ਇਹਨੂੰ ਕਿਤੇ ਦਰਦ ਅੱਛਾ ਬਿਸਮਿਲਲਾ ਕਰਾ ਜ਼ਿੰਦਗੀ ਦਾ ਭਾਈ ਬਤਨੇ ਬਤੂਲੇ ਪਾਕ ਸੇ ਫਾਇਦਾ ਨਹੀਂ ਹੈਲੋ ਇਹਨੂੰ ਨਾ ਮੂੰਹ ਵਿੱਚ ਪਾ ਦਾ ਬਤਨੇ ਬਤੂਲੇ ਪਾਕ ਸੇ ਫਾਇਦਾ ਨਹੀਂ ਹੋਇਆ جڑتے ہیں دشمنی وہ لوگ ٹھیک ٹھاک سے پیدا نہیں ہوئے مشکل
سردار سردار کمی ہونے نہ کہ بار بار نہ کہ معافی مانگی امام حسین علیہ السلام نے مدد کی میں
ਕਰਕੇ ਔਰ ਖੁਦਾ ਕਾ ਵਾਅਦਾ ਇਸ ਤੋਂ ਮੈਂ ਆਸ਼ੀ ਅਤੇ ਮਾਫੀ ਮੰਗ ਲਈ ਜੋ ਰੋਕ ਨਹੀਂ ਆਇਆ ਆਇਓ ਭਾਈ ਪਾਲੀ ਸਾਦਾ ਦਾ ਕੰਮ ਹੈ ਮਾਫ ਹੋਵੇ ਮੈਂ ਵੀ ਖੈਰ ਨਾ ਰੋਣਾ ਬਸ ਸਰਦਾਰ ਸਰਦਾਰ ਨੇ ਹੁਕਮ ਜੀਓ ਬਾਬਾ ਜੀ ਇਸ ਵਾਸਤੇ ਕਮੀ ਹੋਣੀ ਜੋ ਉਹਨਾਂ ਦੀ ਕਮੀ ਹੋਣੀ ਯਾਦ ਰੱਖਿਆ ਇਸ ਕਚਹਿਰੀ 'ਚ ਨਾ ਕੋਈ ਸਰਦਾਰ ਹੈ ਨਾ ਕੋਈ ਮਖਦੂਮ ਹੈ ਤੇ ਸਾਰੇ ਨੌਕਰ ਹੈ ਅਗਰ ਗੱਲ ਨਹੀਂ ਹੋ ਤਾਂ ਹੋਣਾ ਨਹੀਂ ਤਬੀਅਤ ਕੋਈ ਥੋੜ੍ਹੀ ਬਾਰੀ ਨਾ ਫਿਰ ਹੋਣੀ ਸੋਹਣਾ ਤੇ ਫਿਰ ਤੇ ਕਸੀਦਾ ਮਾਰ ਕੁੱਟੂ ਇਸ ਕੰਮ ਛੋੜਨਾ ਖੈਰ ਮੇਰਾ ਤਾਂ ਫਿਰ ਤਾਂ ਵੀ ਪਾਣੀ ਕਮੀ ਮੈਂ ਮਸਕੀਨ ਕਰ ਲਵਲੀ ਤਾਂ ਸਾਹਮਣਾ ਚੱਲਣਾ ਪਰ ਸ਼ਿਕਤ ਕੌਣ ਹੈ ਅੰਤੀ ਕੌਣ ਹੈ ਇਹ ਫਰਕ ਹੈ ਹਰਾਮ ਹਲਾਲ ਦਾ ਫਰਕ ਹੈ ਸ਼ਰੀਅਤ ਦੇ ਸਰ ਕਾ ਹਰਾਮ ਹੈ ਉਹ ਵੀ ਖਾ ਸਕਦਾ ਹੈ ਸਾਦਾਤ ਹੀ ਬੈਠੋ ਸਾਦਾਤ ਹੀ ਵੇਖਣੀ ਸ਼ਾਨ ਹੈ ਸ਼ਰੀਅਤ ਦਾ ਆਪਣਾ ਪ੍ਰੋਟੋਕੋਲ ਹੈ ਮਗਰ ਮੈਂ ਅਕਬਰ ਹੁਸੈਨ ਤੇ ਖੜੋ ਕੇ ਕਮੀਆਂ ਦੇ ਬੂਹੇ ਤੇ ਲਜਾਇਆ ਕਰ ਸਾਰੇ ਪੰਜਾਬਾਂ ਨੂੰ ਝੁਕਾਇਆ ਕਰ ਸਜਾ ਕਰ
ਨਹੀਂ ਅਲੀ ਨੂੰ ਨਾ ਜ਼ਾਕਰਾ ਬਣਾਇਆ, ਰਸ਼ਮੀਆਂ ਬਣਾਇਆ, ਨਸਮੀਆਂ ਬਣਾਇਆ, ਲੜ ਨਹੀਂ ਤਾਂ ਤੌਹੀਦ ਨਾਲ ਲੜ। ਇਸ ਅਲੀ ਨੇ ਅਲੀ ਨੂੰ ਬਣਾਇਆ ਹੈ, ਤੂੰ ਕਿਆ ਜਾਣੇ ਜੋ ਅਲੀ ਕੌਣ ਹੈ। ਵਜ਼ੀਫਾ ਦੱਸਣਾ ਚਾਹੁੰਦਾ ਪਿਆ ਹਾਂ ਭਾਈ ਹਸਨ ਮੈਂ
ਸਾਹ ਕਿਵੇਂ ਬਣਾ ਜਿਵੇਂ ਭਾਈ ਆ ਕੇ ਸੁਣਾ ਰਹੇ ਹਾਂ ਆਦਾ ਪਿਆ